ਸਾਡੇ ਕੋਲ ਲਿਆ, ਉਹ ਕਹਿੰਦੇ ਕਿ ਕੋਈ ਗੜਬੜੀ ਨੀ, ਉਹ ਕਹਿੰਦੇ ਕਿ ਈਵੀਐਮ ਸੀਜ਼ ਹੋਈਆਂ ਪਈਆਂ ਨੇ, ਸਾਰਾ ਕੁਛ ਜਿਹੜਾ ਸੀਲ ਕੀਤਾ ਗਿਆ, ਕੋਈ ਗੁੰਜਾਇਸ਼ ਵੀ ਹੈ ਨੀ ਗੀ ਹੇਰ ਫੇਰ ਦੀ, ਤੇ ਕਿਤੇ ਹੁਣ ਈਵੀਐਮ ਖਰਾਬ ਹੋਈ ਆ ਜਾਂ ਕਿਤੇ ਵਾਫਰ ਪਈ ਆ, ਉਹ ਤੇ ਹੁਣ ਖੜਨੀਆਂ ਨੇ ਨਾ, ਉਹ ਤੇ ਢੋਣੀਆਂ ਨੇ। ਉਹ ਇਹ ਤਰਕ ਦੇ ਕੇ ਤੇ ਇਹਨਾਂ ਚੀਜ਼ਾਂ ਨੂੰ ਸਾਫ ਕਰਦੇ ਪਏ। ਤੇ ਦੂਸਰੇ ਪਾਸੇ ਸੁਪਰੀਮ ਕੋਰਟ ਨੇ ਆਖਿਆ ਕਿ ਆਹ ਜਿਹੜੀ ਤੁਹਾਡੀ ਹੁਣ ਪਟੀਸ਼ਨ ਆ, ਇਹ ਤੇ ਬਿਲਕੁਲ ਕਹਿ ਲਈਏ ਕਿ ਹੁਣ ਵਾਹੀ ਆ, ਇਹਦਾ ਕੋਈ ਮਤਲਬ ਨਹੀਂ ਰਹਿ ਜਾਂਦਾ ਕਿਉਂਕਿ ਅੱਗੇ ਸੁਣਵਾਈ ਹੋਈ ਆ। ਹਾਲਾਂਕਿ ਦੇਖੋ ਸੁਪਰੀਮ ਕੋਰਟ ਦੇ ਵਿੱਚ ਜਿਹੜੀ ਪਹਿਲੀ ਸੁਣਵਾਈ ਹੋਈ ਸੀ ਉਹਦੇ ਵਿੱਚ ਇੱਕ ਪੱਖ ਇਹ ਵੀ ਆ ਕਿ ਚੋਣ ਕਮਿਸ਼ਨ ਨੇ ਜਾ ਕੇ ਜਿਹੜਾ ਉੱਥੇ ਪੱਖ ਰੱਖਿਆ ਸੀ ਉਹਦੇ ਵਿੱਚ ਕਿਤੇ ਨਾ ਕਿਤੇ ਝੋਲੇ ਆ ਤੱਥ ਜਿਹੜੇ ਆ ਥੋੜੇ ਬਦਲੇ ਗਏ ਆ, ਉਹ ਮੈਂ ਕਦੇ ਤੁਹਾਨੂੰ ਤਫਸੀਲ ਨਾਲ ਦੱਸ ਦੂੰਗਾ, ਸਾਰੀ ਹੈਗੀ ਆ ਰਿਪੋਰਟ। ਤਾਂ ਦੂਸਰੇ ਪੱਖ ਤੋਂ ਜੇ ਦੇਖੀਏ ਤਾਂ ਸੁਪਰੀਮ ਕੋਰਟ ਦੇ ਵਿੱਚ ਇਹ ਜਿਹੜੀ ਸੁਣਵਾਈ ਸੀ ਤਕਨੀਕੀ ਪੱਖ ਤੋਂ ਹੋ ਨਹੀਂ ਸੀ ਸਕਦੀ ਕਿਉਂਕਿ ਇਹਦਾ ਅੱਗੇ ਨਿਪਟਾਰਾ ਹੋ ਗਿਆ ਸੀਗਾ। ਸੁਪਰੀਮ ਕੋਰਟ ਨੇ ਆਖਿਆ ਸੀਗਾ ਕਿ ਵੀਵੀ ਪੈਟ ਜਿਹੜੀਆਂ ਨੇ ਉਹ ਚੋਣ ਖੇਤਰ ਦੇ ਵਿੱਚ 5 ਕੱਢ ਲਓ, ਉਹਦਾ ਮਿਲਾਨ ਕਰਾ ਲਓ। ਤਾਂ ਖੈਰ ਇੱਥੋਂ ਸੁਪਰੀਮ ਕੋਰਟ ਨੇ ਇਹਨਾਂ ਨੂੰ ਝਟਕਾ ਦਿੱਤਾ ਤੇ ਫਿਰ ਇਹ ਜਿਹੜੀਆਂ ਵਿਰੋਧੀ ਧਿਰਾਂ ਸੀਗੀਆਂ ਇਹ ਚਲੇ ਗਈਆਂ ਚੋਣ ਕਮਿਸ਼ਨ ਦੇ ਕੋਲ। ਚੋਣ ਕਮਿਸ਼ਨ ਨੂੰ ਇਹਨਾਂ ਨੇ ਫੇਰ ਦੁਹਾਈ ਦਿੱਤੀ ਆ ਕਿ ਰੱਬ ਦਾ ਵਾਸਤਾ ਤੇ ਸਾਡੇ ਤੇ ਥੋੜਾ ਜਿਹਾ ਤਰਸ ਕਰੋ। ਤਾਂ ਉਹਨਾਂ ਨੇ ਆਖਿਆ ਕਿ ਕੋਈ ਗੱਲ ਨੀ, ਤੁਹਾਡੇ ਦੋ ਜਿਹੜੇ ਸੁਝਾਅ ਆ ਮੁੱਖ ਤੌਰ ਤੇ ਉਹਦੇ ਤੇ ਅਸੀਂ ਕੱਲ ਨੂੰ ਅਮਲ ਕਰਾਂਗੇ। ਤਾਂ ਮਾਮਲਾ ਜਿਹੜਾ ਉਹ ਕਾਫੀ ਭਖਿਆ ਹੋਇਆ, ਕਈ ਥਾਵਾਂ ਤੇ ਜਿਹੜੇ ਸਪੋਟਰ ਆ ਪਾਰਟੀਆਂ ਦੇ ਉਹ ਬੈਠੇ ਹੋਏ ਆ, ਤੰਬੂ ਲਾ ਕੇ ਉਹ ਡਿਊਟੀਆਂ ਦਿੰਦੇ ਆ ਦਿਨ ਭਰ। ਕਈ ਥਾਵਾਂ ਤੇ ਸੀਸੀਟੀਵੀ ਕੈਮਰੇ ਜਿੱਥੇ ਲੱਗੇ ਆ ਉਹ ਖਰਾਬ ਹੋਣ ਦੇ ਵੀ ਸਮਾਚਾਰ ਹਨ। ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਇੱਥੋਂ ਤੱਕ ਕੱਪੜੀਆਂ ਪਈਆਂ ਨੇ ਕਿ ਇੱਕ ਸਟਰੋਂਗ ਰੂਮ ਦੇ ਵਿੱਚ ਤੋਤਾ ਵੜ ਗਿਆ ਕਿਤੇ, ਤੇ ਜਾਲੀ ਪੁੱਟ ਲਈ ਗਈ, ਤੋਤਾ ਕੱਢਣਾ ਸੀਗਾ ਉੱਥੇ, ਬਹੁਤ ਬਵਾਲ ਹੋਇਆ। ਤਾਂ ਮਾਮਲਾ ਡਾਂਗਾ ਸੋਟਿਆਂ ਤੱਕ ਚਲੇ ਜਾਂਦਾ ਕਈ ਵਾਰੀ ਇਹੋ ਜਿਹਾ, ਤੇ ਇਹ ਹੁਣ ਦੇਖਣਾ ਹੋਏਗਾ। ਪਰ ਦੂਸਰੇ ਪਾਸੇ ਦੇਖੋ ਐਗਜ਼ਿਟ ਪੋਲ ਆਏ ਆ, ਉਹਨਾਂ ਨੇ ਕਹਿ ਲਈਏ ਕਿ ਇਹਨਾਂ ਨੂੰ ਪੋਲ ਤੇ ਚੜਾ ਰੱਖਿਆ। ਭਾਰਤੀ ਜਨਤਾ ਪਾਰਟੀ ਵਾਲੇ ਅੱਜ ਡਿਨਰ ਵੀ ਦੇ ਰਹੇ ਆ ਜਿਹੜੇ ਇਹਦੇ NDA ਦੇ ਸਾਥੀ ਆ। ਇਸ ਤੋਂ ਇਲਾਵਾ ਸਾਡੇ ਪ੍ਰਧਾਨ ਮੰਤਰੀ ਨੇ ਤੇ ਹੋਰ ਵੀ ਐਡਵਾਂਸ ਜਾ ਕੇ ਗੱਲ ਕਹਿ ਦਿੱਤੀ ਆ ਕਿ ਮਨ ਕੀ ਬਾਤ ਪਾਰਟ 2 ਆ ਜਿਹੜਾ ਉਹ ਅਗਲੇ ਐਤਵਾਰ ਤੋਂ ਆਪਾਂ ਸ਼ੁਰੂ ਕਰ ਰਹੇ ਹਾਂ, ਯਾਨੀ ਇਹਨਾਂ ਦੀਆਂ ਤਿਆਰੀਆਂ ਹੋ ਗਈਆਂ। ਜੀ ਜੀ ਜੀ, ਅਗਲੀ ਜਿਹੜੀ ਗੱਲ ਕਰਦੇ ਕਹਿੰਦੇ ਚੋਣ ਕਮਿਸ਼ਨ ਦੀਆਂ ਅੰਦਰਲੀਆਂ ਗੱਲਾਂ ਅੰਦਰ ਹੀ ਰਹਿਣਗੀਆਂ, ਤਾਜ਼ਾ ਫੈਸਲਾ ਆਇਆ ਹੈ। ਅੰਦਰ ਦੀ ਅੰਦਰ ਹੀ ਰਹਿਣ, ਅੰਦਰ ਦੇ ਨਾ ਕੋਈ ਨਾ ਬੁੱਝੇ ਤੇ ਟਕੀ ਰਿਜੇ, ਪਰ ਇਹ ਟਕੀ ਰਿਜਣ ਵਾਲਾ ਕੰਮ ਆ। ਅਸਲ ਦੇ ਵਿੱਚ ਚੱਕਰ ਕੀ ਸੀਗਾ, ਚੱਕਰ ਉਹੀ ਆ ਜਿਹੜਾ ਅੱਗੇ ਕਾਫੀ ਦਿਨ ਤੱਕ ਸੁਰਖੀਆਂ ਚ ਰਿਹਾ, ਕਿਉਂਕਿ ਜਦੋਂ ਪ੍ਰਧਾਨ ਮੰਤਰੀ ਨੂੰ ਇਹਨਾਂ ਨੇ ਕਲੀਨ ਚਿੱਟ ਦਿੱਤੀ, ਉਹ ਕਲੀਨ ਚਿੱਟ ਵੀ ਕੀ ਮੇਰੇ ਖਿਆਲ ਦੇ ਨਾਲ 8 ਮਾਮਲਿਆਂ ਚ ਕਲੀਨ ਚਿੱਟ ਦਿੱਤੀ ਗਈ ਸੀ। ਅਮਿਤ ਸ਼ਾਹ ਦੇ ਸੀ ਕੁਛ 6 ਕੁ ਦੇ ਕਰੀਬ ਜਿਹੜੇ ਸੀਗੇ ਉਹ ਨਰਿੰਦਰ ਮੋਦੀ ਦੇ ਸੀਗੇ। ਤਾਂ ਉਹ ਜਿਹੜੀ ਕਲੀਨ ਚਿੱਟ ਦਿੱਤੀ ਗਈ ਸੀਗੀ ਜਾਂ ਥੋਕ ਚ ਕਲੀਨ ਚਿੱਟਾਂ ਦਿੱਤੀਆਂ ਗਈਆਂ, ਉਹਦੇ ਤੇ ਚੱਕਰ ਕੀ ਪਿਆ ਕਿ ਚੋਣ ਕਮਿਸ਼ਨ ਜਿਹੜਾ ਸੀ ਉਹ ਵੰਡਿਆ ਗਿਆ। ਹੁਣ ਵੰਡਣ ਤੋਂ ਕੀ ਭਾਵ ਹੁੰਦਾ, ਦੇਖੋ ਜਿਹੜੇ ਚੋਣ ਕਮਿਸ਼ਨ ਹੁੰਦੇ ਆ, ਚੋਣ ਕਮਿਸ਼ਨ ਦੇ ਵਿੱਚ ਕਮਿਸ਼ਨਰ ਹੁੰਦੇ ਆ, ਇਹ 3 ਤਰ੍ਹਾਂ ਦੇ ਹੋ ਗਏ। ਇੱਕ ਹੋ ਗਿਆ ਮੁੱਖ ਚੋਣ ਕਮਿਸ਼ਨਰ, ਦੂਸਰੇ ਜਿਹੜੇ ਆ ਚੋਣ ਕਮਿਸ਼ਨਰ ਹੋ ਗਏ। ਤਾਂ ਇਹਨਾਂ ਨੂੰ ਅਪੁਆਇੰਟ ਰਾਸ਼ਟਰਪਤੀ ਦੇ ਜ਼ਰੀਏ ਕੀਤਾ ਜਾਂਦਾ। ਤਾਂ ਇਹਨਾਂ ਦਾ ਕੀ ਸੀਗਾ ਕਿ ਇਹਨਾਂ ਦੀ ਜਿਹੜੀ ਰਾਏ ਸੀਗੀ ਪ੍ਰਧਾਨ ਮੰਤਰੀ ਨੂੰ ਕਲੀਨ ਚਿੱਟ ਦੇਣ ਮਾਮਲੇ ਚ ਉਹ ਵੰਡੀ ਹੋਈ ਸੀਗੀ। ਤਾਂ ਉੱਥੇ ਅਸ਼ੋਕ ਲਵਾਸਾ ਜਿਹੜੇ ਸੀਗੇ ਉਹਨਾਂ ਨੇ ਇਤਰਾਜ਼ ਜਤਾਇਆ ਸੀ, ਮਤਲਬ ਕਿ ਡਿਫਰ ਕੀਤਾ ਸੀਗਾ ਕਿ ਇਹ ਕਲੀਨ ਚਿੱਟ ਜਿਹੜੀ ਆ ਉਹ ਨਹੀਂ ਬਣ। ਹੁਣ ਰੱਟਾ ਕੀ ਸੀਗਾ ਕਿ ਲਵਾਸਾ ਦੇ ਜਿਹੜੇ ਇਹ ਐਤਰਾਜ਼ ਸੀਗੇ ਉਹ ਰਿਕਾਰਡ ਤੇ ਨਹੀਂ ਰੱਖੇ ਗਏ। ਉਹਨਾਂ ਨੇ ਥੋੜੇ ਦਿਨ ਪਹਿਲਾਂ ਪੱਤਰ ਲਿਖਿਆ ਸੀਗਾ, ਮੁੱਖ ਇਲੈਕਸ਼ਨ ਕਮਿਸ਼ਨਰ ਹੈ ਜਿਹੜੇ ਉਹਨਾਂ ਨੂੰ ਪੱਤਰ ਲਿਖਿਆ ਸੀਗਾ ਕਿ ਭਾਈ ਆਹ ਮੇਰੇ ਤਰਕ ਆ, ਮੇਰੇ ਇਤਰਾਜ਼ ਹੈ ਜਿਹੜੇ, ਇਹਨਾਂ ਨੂੰ ਰਿਕਾਰਡ ਤੇ ਲਿਆਂਦਾ ਜਾਵੇ। ਤਾਂ ਹੁਣ ਚੋਣ ਕਮਿਸ਼ਨ ਨੇ ਸਾਫ ਕਰ ਦਿੱਤਾ ਕਿ ਦੇਖੋ ਜੀ ਅੰਦਰ ਦੀਆਂ ਗੱਲਾਂ ਅੰਦਰ ਹੀ ਰਹਿਣਗੀਆਂ, ਭਾਵੇਂ ਆ ਕਿ ਰਿਕਾਰਡ ਤੇ ਜਿਹੜੀਆਂ ਗੱਲਾਂ ਆਉਣੀਆਂ ਚਾਹੀਦੀਆਂ ਸੀ ਜੋ ਮੰਗ ਕੀਤੀ ਜਾ ਰਹੀ ਸੀਗੀ ਉਹਦੇ ਬਾਰੇ ਉਹਨਾਂ ਨੇ ਸਾਫ ਕਰ ਦਿੱਤਾ ਕਿ ਨਹੀਂ ਜੀ ਇਹ ਇਸ ਤਰ੍ਹਾਂ ਜਨਤਕ ਦੇ ਹੀ ਕੀਤੀਆਂ ਜਾਣਗੀਆਂ। ਪਰ ਮੈਂ ਸਮਝਦਾ ਦੇਖੋ ਰਾਜਕਰਨਵੀਰ ਸਿੰਘ ਜੀ ਸੁਪਰੀਮ ਕੋਰਟ ਸਰਵਉੱਚ ਅਦਾਲਤ ਆ, ਬਹੁਤ ਵੱਡੀ ਸੰਸਥਾ ਜੁਡੀਸ਼ਰੀ ਦੀ ਜੀ, ਤਾਂ ਉੱਥੇ ਕੀ ਸਿਸਟਮ ਆ, ਪ੍ਰਬੰਧ ਕੀ ਆ। ਆਪਾਂ ਬਹੁਤ ਮਰਤਬਾ ਦੇਖਦੇ ਹਾਂ ਕਿ ਕਈ ਵਾਰ ਜਦੋਂ ਫੁੱਲ ਬੈਂਚ ਹੁੰਦੀ ਆ ਜਾਂ ਡਬਲ ਬੈਂਚ ਹੁੰਦੀ ਹੈ ਜਾਂ ਇਸ ਤੋਂ ਅੱਗੇ, ਤਾਂ ਕਈ ਵਾਰ ਕੀ ਹੁੰਦਾ ਕਿ ਜਦੋਂ ਇਸ ਤਰ੍ਹਾਂ ਕੋਈ ਫੁੱਲ ਬੈਂਚ ਸੁਣਵਾਈ ਕਰਦੀ ਆ ਤਾਂ ਉਹਦੇ ਚ ਜੱਜ ਜਿਹੜੇ ਆ ਉਹ ਇੱਕ ਫੈਸਲੇ ਦੇ ਨਾਲ ਮੁਤਫਿਕ ਨਹੀਂ ਹੁੰਦੇ, ਭਾਵੇਂ ਆ ਕਿ
ਕੋਈ ਜਸਟਿਸ ਆ ਉਹ ਹੱਕ ਚ ਦੇ ਰਿਹਾ ਕਿਸੇ ਦੇ, ਤਿੰਨ ਜਾਣੇ ਇਸ ਤਰ੍ਹਾਂ ਕਰਕੇ ਹੱਕ ਚ ਤੇ ਦੋ ਜਾਣੇ ਵਿਰੋਧ ਦੇ ਵਿੱਚ ਆ ਜਸਟਿਸ ਜਿਹੜੇ ਆ, ਤਾਂ ਉਹ ਜਿਹੜੇ ਵਿਰੋਧ ਜਿਤਾ ਰਹੇ ਆ ਜਿਹੜੇ ਹੱਕ ਦੇ ਵਿੱਚ ਨਹੀਂ ਖਲੋ ਰਹੇ ਚਾਹੇ ਕੋਈ ਵੀ ਮਾਮਲਾ, ਤਾਂ ਉਹਨਾਂ ਦਾ ਜਿਹੜਾ ਫੈਸਲਾ ਹੁੰਦਾ ਉਹ ਰਿਕਾਰਡ ਤੇ ਲਿਆ ਜਾਂਦਾ। ਮਤਲਬ ਬੇਸ਼ੱਕ 3-2 ਦੇ ਨਾਲ ਫੈਸਲਾ ਤੇ ਹੱਕ ਚ ਹੋ ਗਿਆ, ਪਰ ਉਹ ਜਿਹੜੇ ਦੋ ਡਿਫਰ ਕਰਦੇ ਆ ਤਾਂ ਉਹਨਾਂ ਦੇ ਜਿਹੜੇ ਵਿਚਾਰ ਹੁੰਦੇ ਆ ਜੋ ਹੁੰਦੇ ਆ ਪ੍ਰਤੀਕਰਮ ਹੁੰਦੇ ਆ ਤਾਂ ਉਹ ਵੀ ਰਿਕਾਰਡ ਤੇ ਲੈ ਜਾਂਦੇ ਆ। ਤਾਂ ਕਹਿਣ ਦਾ ਭਾਵ ਇਹ ਆ ਕਿ ਜੇ ਆਪਾਂ ਇਸ ਚੀਜ਼ ਨੂੰ ਜੋੜ ਕੇ ਵੇਖੀਏ, ਜੇ ਸੁਪਰੀਮ ਕੋਰਟ ਦੇ ਜਸਟਿਸ ਦੀ ਕੋਈ ਵੱਖਰੀ ਰਾਏ ਹੁੰਦੀ ਆ ਉਹ ਰਿਕਾਰਡ ਤੇ ਆ ਸਕਦੀ ਹੈ, ਤੇ ਇਹਨਾਂ ਨੂੰ ਕੀ ਚੱਕਰ ਆ ਇਹ ਸਮਝ ਤੋਂ ਪਰੇ ਲਈ ਜਾਂਦੇ ਆ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਕਹਿੰਦੇ ਸਿੱਧੂ ਜੋੜੇ ਦੇ ਭਾਸ਼ਣ ਦੀ ਵੀਡੀਓ ਰਾਹੁਲ ਗਾਂਧੀ ਦੇ ਕੋਲ ਪਹੁੰਚੀ ਆ। ਹਾਂ, ਇਹਨਾਂ ਦਾ ਮਾਮਲਾ ਜਿਹੜਾ ਹੁਣ ਤਾਂ ਤੱਕ ਚਲੇ ਗਿਆ, ਗਾਂ ਤੱਕ ਚਲੇ ਗਿਆ ਮਾਮਲਾ, ਕਾਫੀ ਇਹਨਾਂ ਦੇ ਮੈਦਾਨ ਦਾ ਜਿਹੜਾ ਪਖਣਾ ਵਾਲਾ ਮਾਮਲਾ ਹੈ ਨਾ ਉਹਦੇ ਵਿੱਚ ਕਾਫੀ ਖਲਬਲੀ ਹੈ, ਕਿਉਂਕਿ ਇਹਨਾਂ ਦਾ ਮੈਦਾਨ ਜਿਹੜਾ ਉਹ ਇਸ ਕਰਕੇ ਭਖਿਆ ਪਿਆ, ਇੱਥੇ ਇਲੈਕਸ਼ਨ ਦਾ ਨਤੀਜਾ ਜਿਹੜਾ ਆਉਣਾ, ਐਗਜ਼ਿਟ ਪੋਲ ਹੈ ਜਿਹੜੇ ਉਹ ਜੋ ਇਹਨਾਂ ਨੇ 13-13 ਕਿਹਾ ਸੀਗਾ ਕਿ ਅਸੀਂ ਕਲੀਨ ਸਵੀਪ ਕਰਨਾ, ਉਹਦੇ ਤੇ ਸਵਾਲੀਆ ਨਿਸ਼ਾਨ ਲਾਉਂਦੇ ਪਏ। ਤਕਰੀਬਨ ਹਰੇਕ ਐਗਜ਼ਿਟ ਪੋਲ ਨੇ ਆਖਿਆ ਕਿ ਪੰਜਾਬ ਦੇ ਵਿੱਚੋਂ ਇਹ ਮਸੀ 8-9 ਤੇ ਰਹਿਣਗੇ, ਤਾਂ ਉਹ ਇੱਕ ਮਾਮਲਾ ਹੈ ਜਿਹੜਾ ਉਹ ਗੱਲ ਦੀ ਹੱਡੀ ਬਣੂਗਾ, ਕਿਉਂਕਿ ਇਹ ਤੇ ਬੜਾ ਕੌਨਫੀਡੈਂਟ ਸੀਗੇ। ਤਾਂ ਹੁਣ ਚੱਕਰ ਕੀ ਆ ਕਿ ਜਦੋਂ ਐਗਜ਼ਿਟ ਪੋਲ ਆਏ ਆ ਉਸ ਤੋਂ ਬਾਅਦ ਫਿਰ ਇਹ ਆਇਆ ਮਾਮਲਾ ਕਿ ਪੋਲ ਪੱਟੀ ਖੁੱਲ ਜਾਣੀ ਆ ਸਾਡੀ, ਤਾਂ ਹੁਣ ਲੱਗਦਾ ਉਹ ਆ ਕਿ ਨਵਜੋਤ ਸਿੱਧੂ ਦੇ ਮੋਢਿਆਂ ਤੇ ਗੰਨ ਜਿਹੜੀ ਆ ਰੱਖਣ ਦੀ ਤਿਆਰੀ ਕੀਤੀ ਜਾ ਰਹੀ ਹੈ। ਤਾਂ ਨਵਜੋਤ ਸਿੱਧੂ ਦੀ ਦੱਸਦੇ ਆ ਕਿ ਜਿਹੜੀ ਭਾਸ਼ਣ ਵਾਲੀ ਵੀਡੀਓ ਸੀਗੀ ਜਾਂ ਜੋ ਬੀਬੀ ਸਿੱਧੂ ਨੇ ਬਿਆਨ ਦਿੱਤੇ ਆ ਬੀਤੇ ਦਿਨਾਂ ਚ, ਉਹ ਸਾਰੇ ਜਿਹੜੇ ਆ ਉਹ ਪਹੁੰਚਾ ਦਿੱਤੇ ਗਏ ਆ ਹਾਈ ਕਮਾਂਡ ਦੇ ਕੋਲ, ਆਲਾ ਕਮਾਂਡ ਦੇ ਕੋਲ। ਹਾਲਾਂਕਿ ਇਹਨਾਂ ਨੇ ਖੁੱਲੇ ਤੌਰ ਤੇ ਹੁਣ ਨਵਜੋਤ ਸਿੱਧੂ ਜਾਂ ਨਵਜੋਤ ਕੌਰ ਸਿੱਧੂ ਆ ਉਹਨਾਂ ਨੇ ਬਿਆਨ ਥੋੜੇ ਜਿਹੇ ਢਿੱਲੇ ਕੀਤੇ ਆ ਵਿਸ਼ਤਾ, ਜੇ ਆਪਾਂ 1-2 ਦਿਨ ਦੀ ਗੱਲ ਕਰੀਏ, ਕਿਉਂਕਿ ਵੈਸੇ ਵੀ ਆਰਾਮ ਦੇ ਮੋਡ ਚ ਚਲੇ ਗਏ ਸਾਰੇ ਨੇਤਾ ਜ਼ਿਆਦਾਤਰ। ਤਾਂ ਇਹ ਜਿਹੜਾ ਸਿੱਧੂ ਜੋੜਾ ਖਾਮੋਸ਼ ਰਿਹਾ ਪਰ ਆਪਣਾ ਕੰਮ ਕਰ ਗਿਆ। ਤਾਂ ਹੁਣ ਹੋਇਆ ਕੀ ਆ ਕਿ ਮੰਤਰੀ ਆ ਜਿਹੜੇ ਖਾਸ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਦੇ ਖਾਸ ਜਿਹੜੇ ਚਾਟੜੇ ਟਾਈਪ ਦੇ ਹੁੰਦੇ ਆ ਉਹ ਤਾਂ ਖੁੱਲ ਕੇ ਮੈਦਾਨ ਚ ਆ ਗਏ। ਤ੍ਰਿਪਤ ਰਜਿੰਦਰ ਸਿੰਘ ਬਾਜਵਾ ਵੀ ਆਇਆ, ਸੁਖਜਿੰਦਰ ਸਿੰਘ ਰੰਧਾਵਾ ਵੀ ਆਇਆ, ਬ੍ਰਹਮਿੰਦਰਾ ਵੀ ਆਇਆ। ਬ੍ਰਹਮਿੰਦਰਾ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਸੀਗਾ ਕਿ 2 ਸਾਲ ਪਹਿਲਾਂ ਇਹ ਆਇਆ ਤੇ ਇਹਨੂੰ ਇਹ ਆਪਣੇ ਨਿਯਮ ਨੀ ਕਰਨੇ ਚਾਹੀਦੇ, ਮਤਲਬ ਇਹ ਆ ਕਿ ਆਪਣਾ ਏਜੰਡਾ ਜਿਹੜਾ ਉਹ ਇੱਥੇ ਲਾਗੂ ਨੀ ਕਰਨਾ ਚਾਹੀਦਾ। ਫਿਰ ਦੂਸਰੇ ਪਾਸੇ ਅੱਜ ਮੇਰੇ ਖਿਆਲ ਦੇ ਨਾਲ ਸ਼ਾਮ ਸੁੰਦਰ ਅਰੋੜਾ ਜਿਹੜੇ ਉਹਨਾਂ ਨੇ ਵੀ ਮੋਰਚਾ ਖੋਲ ਦਿੱਤਾ, ਸਾਧੂ ਸਿੰਘ ਧਰਮਸੋਤ ਵੀ ਨਵਜੋਤ ਸਿੱਧੂ ਦੇ ਵਿਰੋਧ ਦੇ ਵਿੱਚ ਆ। ਤਾਂ ਕਹਿਣ ਦਾ ਭਾਵ ਇਹ ਆ ਕਿ ਚਾਹੇ ਉਹ ਲੁਧਿਆਣੇ ਵਾਲਾ ਹੋਵੇ ਭਾਰਤ ਭੂਸ਼ਣ ਆਸ਼ੂ, ਇਹਨਾਂ ਸਾਰਿਆਂ ਨੇ ਰਲ ਕੇ ਨਵਜੋਤ ਸਿੱਧੂ ਨੂੰ ਇੱਕ ਤਰ੍ਹਾਂ ਕਹੀਏ ਨੁਕਰੇ ਲਾਇਆ ਪਿਆ। ਹਾਲਾਂਕਿ ਜੋ ਮਨਪ੍ਰੀਤ ਸਿੰਘ ਬਾਦਲ ਆ ਮੰਤਰੀ ਉਹਨੇ ਖੁੱਲੇ ਰੂਪ ਦੇ ਵਿੱਚ ਕੋਈ ਵਿਰੋਧਤਾ ਨਹੀਂ ਕੀਤੀ, ਕਿ ਨਾ ਉੱਧਰ ਦਾ ਨਾ ਉੱਧਰ ਦਾ, ਆਪਾਂ ਪੂਰੀ ਕੈਬਨਿਟ ਜਿਹੜੀ ਆ ਉਹ ਨਵਜੋਤ ਸਿੱਧੂ ਦੇ ਉਲਟ ਆ। ਤਾਂ ਨਵਜੋਤ ਸਿੱਧੂ ਦਾ ਮਸਲਾ ਜਿਹੜਾ ਉਹ ਥੋੜਾ ਗੰਭੀਰ ਹੋ ਸਕਦਾ, ਕਿਉਂਕਿ ਜੋ ਪੰਜਾਬ ਮਾਮਲਿਆਂ ਦੀ ਇੰਚਾਰਜ ਆ ਬੀਬੀ ਆਸ਼ਾ ਕੁਮਾਰੀ, ਜੇ ਉਹਦੀ ਬੋਲੀ ਦੇਖੀਏ ਉਹ ਵੀ ਬੋਲੀ ਜਿਹੜੀ ਆ ਉਹ ਕੈਪਟਨ ਦੇ ਹੱਕ ਚ ਬੋਲਦੀ ਪਈ ਆ। ਤਾਂ ਨਵਜੋਤ ਸਿੱਧੂ ਨੇ ਕਿਹਾ ਕੀ ਸੀ ਇਹ ਵੀ ਬੜਾ ਦਿਲਚਸਪ ਮਾਜ਼ਰਾ, ਉਹ ਕਹਿੰਦਾ ਤੇ ਫਰੈਂਡਲੀ ਮੈਚ ਜਿਹੜੇ ਖੇਡਦੇ ਪਏ ਠੋਕੋ ਠੋਕੋ, ਜਿਵੇਂ ਉਹ ਤਾੜੀ ਮਾਰਨ ਲਈ ਕਹਿੰਦਾ ਨਾ ਠੋਕੋ ਠੋਕੋ। ਤਾਂ ਹੁਣ ਫਰੈਂਡਲੀ ਮੈਚ ਕੈਪਟਨ ਅਮਰਿੰਦਰ ਸਿੰਘ ਨੂੰ ਕਿਉਂ ਖੁੜਕਿਆ, ਇਹ ਆਪਣੇ ਆਪ ਦੇ ਵਿੱਚ ਇੱਕ ਬੜਾ ਵੱਡਾ ਪ੍ਰਸ਼ਨ ਆ। ਇਹ ਕਾਂਗਰਸੀਆਂ ਦੇ ਵਿਵੇਕ ਤੇ ਛੱਡ ਦਿੰਦੇ ਆ ਕਿ ਉਹਨੂੰ ਨਵਜੋਤ ਸਿੱਧੂ ਦੀ ਗੱਲ ਕਹੀ ਦਾ ਕੈਪਟਨ ਅਮਰਿੰਦਰ ਸਿੰਘ ਨੂੰ ਕਿਉਂ ਗੁੱਸਾ ਆ, ਕਿਉਂਕਿ ਨਾ ਤਾਂ ਉਹਨੇ ਲਿਆ ਹੀ ਨਹੀਂ ਸੀ ਕਿਸੇ ਦਾ। ਤਾਂ ਖੈਰ ਬਾਅਦ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਨੇ ਸਿੱਧੇ ਤੌਰ ਤੇ ਨਵਜੋਤ ਸਿੱਧੂ ਨੂੰ ਜਿੱਦਾਂ ਨਿਸ਼ਾਨੇ ਤੇ ਲਿਆ ਕਿ ਮੇਰੀ ਕੁਰਸੀ ਨੂੰ ਪੈਂਦਾ ਪਿਆ, ਉੱਥੋਂ ਸਾਰਾ ਮਾਮਲਾ ਜਿਹੜਾ ਉਹ ਖੁੱਲ ਗਿਆ ਕਿ ਦੋਨੇ ਧਿਰਾਂ ਜਿਹੜੀਆਂ ਅੱਗੇ ਜਾ ਕੇ ਇਕੱਠੀਆਂ ਤੇ ਘੱਟੋ ਘੱਟ ਚੱਲਣਗੀਆਂ, ਪਰ ਉਸ ਲੈ ਦੇ ਵਿੱਚ ਨਹੀਂ ਚੱਲਣਗੀਆਂ ਜਿਹੜੀ ਲੈ ਦੀ ਪੰਜਾਬ ਨੂੰ ਜ਼ਰੂਰਤ ਆ। ਕਿਉਂਕਿ ਜੇ ਪੰਜਾਬ ਨੂੰ ਸੁਧਾਰਨਾ, ਪੰਜਾਬ ਨੂੰ ਸੰਵਾਰਨਾ, ਤਾਂ ਇੱਕ ਟੀਮ ਜਿਹੜੀ ਕਿ ਸਰਕਾਰ ਦੇ ਰੂਪ ਚ ਬਹੁਤ ਜ਼ਰੂਰੀ ਆ, ਉਹ ਇੱਕ ਟੀਮ ਜਿਹੜੀ ਤਾਲਮੇਲ ਰੱਖ ਕੇ ਚੱਲੂਗੀ ਉਹਦੀ ਦਰਕਾਰ ਆ। ਤਾਂ ਮੌਜੂਦਾ ਸਮੇਂ ਚ ਚਾਹੇ ਸਿੱਧੂ ਹੋਵੇ, ਚਾਹੇ ਕੈਪਟਨ ਹੋਵੇ, ਕਮਾਂਡ ਕਿਸੇ ਕੋਲੇ ਵੀ ਚਲੀ ਜਾਵੇ, ਜੋ ਇਹਨਾਂ ਦੇ ਜਾਪਦੇ ਆ, ਜੋ ਇਹਨਾਂ ਦੇ ਲੱਛਣ ਜਾਪਦੇ ਆ, ਮੈਨੂੰ ਲੱਗਦਾ ਕਿ ਉਹ ਤਾਲਮੇਲ ਵਾਲੀ ਟੀਮ ਜਿਹੜੀ ਆ ਉਹ ਸਾਨੂੰ ਹਾਲ ਦੀ ਘੜੀ ਵੇਖਣ ਨੂੰ ਨਹੀਂ ਮਿਲੂ, ਉਹਦੇ ਲਈ ਇੰਤਜ਼ਾਰ ਕਰਨਾ ਪਊ। ਇੰਨਾ ਇੰਤਜ਼ਾਰ ਲੰਮਾ ਨਾ ਹੋ ਜਾਵੇ ਕਿ ਮੁੜ ਕੇ ਇੰਤਜ਼ਾਰ ਕਰਨ ਜੋ ਕਿ ਅਸੀਂ ਬਚੀਏ ਨਾ।
ਜੀ 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 ਅਗਲੀ ਜਿਹੜੀ ਗੱਲ ਕਰਦੇ ਕਹਿੰਦੇ ਹੈਲੀਕਾਪਟਰ ਮਾਮਲੇ ਦੇ ਵਿੱਚ ਉਹੀ ਨਿਕਲਿਆ ਜਿਹਦਾ ਸ਼ੱਕ ਸੀ, ਕਹਿੰਦੇ ਆਪ ਹੀ ਫੁੰਡ ਲਿਆ ਸੀ। ਕਿਤੇ ਉਹੀ ਨਾ ਹੋਵੇ ਜਿਹਦਾ ਸ਼ੱਕ ਸੀ, ਗਲੀ ਦੇ ਵਿੱਚੋਂ ਕੌਣ ਲੰਘਿਆ, ਮੇਰੀ ਖੁੱਲ ਗਈ ਪਟਾਕ ਦੇਣੀ ਅੱਖ ਸੀ। ਤਾਂ ਇਹ ਮਾਮਲਾ ਜਿਹੜਾ ਉਹ ਸ਼ੱਕ ਵਾਲਾ ਜਿਹੜਾ ਯਕੀਨ ਸੀ ਬਦਲ ਗਿਆ। ਔਰ ਇਹ ਉਹੀ ਮਾਮਲਾ ਜਿਹੜਾ 27 ਫਰਵਰੀ ਨੂੰ ਇੱਕ ਜਹਾਜ਼ ਡਿੱਗਿਆ ਸੀ, MI-17 ਹੈਲੀਕਾਪਟਰ ਜੰਮੂ ਕਸ਼ਮੀਰ ਚ, ਜਿਹਦੀ ਆਪਾਂ ਇੱਕ ਦਿਨ ਅੱਗੇ ਗੱਲ ਕੀਤੀ ਸੀ, ਉਸ ਦਿਨ ਆਪਾਂ ਸਵਾਲ ਚੁੱਕਿਆ ਸੀਗਾ, ਕਿਉਂਕਿ ਇੱਕਾ ਦੁੱਕਾ ਰਿਪੋਰਟਾਂ ਆਈਆਂ ਸੀਗੀਆਂ। ਵੈਸੇ ਜਿਹੜੀ ਖੁਫੀਆ ਜਾਂਚ ਪੜਤਾਲ ਚੱਲਦੀ ਆ ਉਹਦੀ ਬਹੁਤ ਹੱਦ ਤੱਕ ਕਹੀਏ ਕਿ ਸੀਕ੍ਰੇਸੀ ਰੱਖੀ ਜਾਂਦੀ ਆ, ਪਰ ਕੁਛ ਖੋਜੀ ਪੱਤਰਕਾਰ ਜਿਹੜੇ ਆ ਉਹ ਲੱਭ ਲਿਆਉਂਦੇ ਇਹੋ ਜਿਹੇ ਮਾਮਲੇ। ਤਾਂ ਇੱਕ ਅੰਗਰੇਜ਼ੀ ਅਖਬਾਰ ਨੇ ਇਸ ਚੱਲਦੀ ਜਾਂਚ ਪੜਤਾਲ ਚੋਂ ਕੁਛ ਤੱਥ ਕੱਢੇ ਸੀ, ਕੁਛ ਇਨਫੋਰਮੇਸ਼ਨ ਕੱਢੀ ਸੀਗੀ। ਤਾਂ ਉਹਨਾਂ ਨੇ ਸਭ ਤੋਂ ਪਹਿਲਾਂ ਸਵਾਲੀਆ ਨਿਸ਼ਾਨ ਲਾਇਆ ਸੀਗਾ ਕਿ ਕਿਤੇ ਏਦਾਂ ਤਾਂ ਨਹੀਂ ਹੋਇਆ। ਤਾਂ ਹੁਣ ਯਕੀਨ ਹੋ ਗਿਆ ਕਿ ਉਹ ਸ਼ੱਕ ਜਿਹੜਾ ਉਹ ਬੇਸਲੈਸ ਨਹੀਂ ਸੀਗਾ, ਆਧਾਰਹੀਨ ਨਹੀਂ ਸੀਗਾ। ਤਾਂ ਦੱਸਦੇ ਆ ਕਿ ਸੀਨੀਅਰ ਮੋਸਟ ਏਅਰਫੋਰਸ ਕਮਾਂਡਰ ਜਿਹੜੇ ਆ ਉਹਨਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ। ਔਰ ਇਹ ਇੱਕ ਬਹੁਤ ਵੱਡਾ ਮੈਂ ਕਹੂੰਗਾ ਕਿ ਇਸ ਮਾਮਲੇ ਦੇ ਵਿੱਚ ਐਕਸ਼ਨ ਆ, ਜਿਹਦੇ ਵਿੱਚ ਇਹ ਇੱਕ ਖਦਸ਼ਾ ਸੀਗਾ ਕਿ ਜਿਹੜਾ ਹੈਲੀਕਾਪਟਰ ਡਿੱਗਿਆ ਜਿਹਦੇ ਬਾਰੇ ਪਾਕਿਸਤਾਨ ਨੇ ਪਹਿਲਾਂ ਹੀ ਆਖ ਦਿੱਤਾ ਸੀਗਾ ਕਿ ਸਾਡਾ ਇਹਦੇ ਚ ਕੋਈ ਹੱਥ ਨਹੀਂ ਹੈ। ਤਾਂ ਇਹ ਮਾਮਲਾ ਜਿਹੜਾ ਸੀਗਾ ਉਹ ਤਕਰੀਬਨ ਉਦੋਂ ਹੀ ਸਾਫ਼ ਹੋ ਗਿਆ ਸੀਗਾ। ਤਾਂ ਇਹਦੇ ਵਿੱਚ ਹੁਣ ਉਹ ਜਿਹੜਾ ਸ਼ੱਕ ਜਤਾਇਆ ਜਾ ਰਿਹਾ ਸੀਗਾ ਕਿ ਕਿਤੇ ਉਹ ਜਿਹੜਾ ਇੱਕ ਸਿਸਟਮ ਹੁੰਦਾ ਮਿਜ਼ਾਇਲ ਦੇ ਵਿੱਚ ਜਿਹਨੂੰ ਸ਼ਾਇਦ IF ਕਹਿ ਦਿੰਦੇ ਆ, ਜਿਹਦੇ ਵਿੱਚ ਉਹ ਇਹੋ ਜਿਹੇ ਯੰਤਰ ਹੁੰਦੇ ਆ ਜਿਹਦੇ ਨਾਲ ਦੁਸ਼ਮਣ ਜਾਂ ਮਿੱਤਰ ਇਹ ਜਹਾਜ਼ ਦੀ ਪਛਾਣ ਹੁੰਦੀ ਆ, ਤਾਂ ਉਹ ਸਿਸਟਮ ਮਿਜ਼ਾਇਲ ਦੇ ਵਿੱਚ ਆਨ ਕਰਨਾ ਹੁੰਦਾ। ਤਾਂ ਇਹੀ ਇੱਕ ਗੁੰਜਾਇਸ਼ ਸੀਗੀ, ਇਹੀ ਇੱਕ ਕਿਤੇ ਨਾ ਕਿਤੇ ਸ਼ੱਕ ਸੀਗਾ ਕਿ ਉਹ ਸਿਸਟਮ ਜਿਹੜਾ ਸੀਗਾ ਸ਼ਾਇਦ ਉਹਦੇ ਚ ਕਿਤੇ ਨਾ ਕਿਤੇ ਉਕਾਈ ਹੋਈ ਆ। ਤਾਂ ਲੱਗਦਾ ਇਹੋ ਆ ਕਿ ਜੇ ਏਡਾ ਵੱਡਾ ਇਹਨਾਂ ਨੇ ਹੁਣ ਐਕਸ਼ਨ ਕੀਤਾ, ਏਡੀ ਵੱਡੀ ਕਾਰਵਾਈ ਕੀਤੀ ਆ, ਤਾਂ ਫਿਰ ਇਹਦੇ ਵਿੱਚ ਇਹੋ ਜਿਹੇ ਹੀ ਕਾਰਨ ਰਹੇ ਆ ਜਿਹਦੇ ਕਰਕੇ ਆਪਣਾ ਇਜਾਜ਼ ਸੀ ਗਿਆ। ਕਾਰਵਾਈ ਆ ਜਿਹੜੀ ਉਹ ਹਾਲੇ ਹੋਰ ਵੀ ਦੂਰ ਤੱਕ ਲਿਜਾਣ ਦੀ ਜ਼ਰੂਰਤ ਆ। ਹੁਣ ਕਿਸੇ ਨੂੰ ਅਹੁਦੇ ਤੋਂ ਹਟਾ ਕੇ ਇੱਕ ਦੇ ਸਿਰ ਤੇ ਜ਼ਿੰਮੇਵਾਰੀ ਪਾ ਕੇ ਸਭ ਕੁਛ ਠੀਕ ਨਹੀਂ ਕੀਤਾ ਜਾ ਸਕਦਾ। ਜਿਹੜੇ ਹੋਰ ਲੋਕ ਆ ਜ਼ਿੰਮੇਵਾਰ ਉਹਨਾਂ ਨੂੰ ਵੀ ਜ਼ਿੰਮੇਵਾਰੀ ਲੈਣੀ ਚਾਹੀਦੀ ਆ। ਔਰ ਸਰਕਾਰ ਜਿਹੜੀ ਉਹ ਹਾਲੇ ਵੀ ਦੇਖ ਲਓ, ਹੁਣ ਤਾਂ ਵੈਸੇ ਚਲੋ ਪਾਵਰਲੈਸ ਹੀ ਆ ਤਕਰੀਬਨ ਸਰਕਾਰ, ਪਰ ਉਹ ਹਾਲੇ ਵੀ ਖੁੱਲ ਕੇ ਇਸ ਚੀਜ਼ ਨੂੰ ਮੰਨੇਗੀ ਨਹੀਂ ਕਿ ਕਿਤੇ ਨਾ ਕਿਤੇ ਇਹ ਸਾਡੀ ਜਾਂ ਸਾਡੇ ਸਿਸਟਮ ਦੀ ਫੇਲੀਅਰ ਹੈ। ਜੀ 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 ਅਤੇ ਮਿੰਟੂ ਜੀ, ਇਸ ਅਜਿਹੀਆਂ ਚੀਜ਼ਾਂ ਦਾ ਫਾਇਦਾ ਤਾਂ ਇਲੈਕਸ਼ਨਾਂ ਦੇ ਵਿੱਚ ਲੈ ਗਏ ਵੀ ਉਹਨਾਂ ਨੇ ਕੀਤਾ ਸੀ, ਆਹ ਕਰਤਾ ਸੀ, ਉਹ ਕਰਤਾ, ਅਤੇ ਹੁਣ ਜਦੋਂ ਇਹ ਚੀਜ਼ਾਂ ਸਾਹਮਣੇ ਆਈਆਂ ਲੋਕ ਕਿਤੇ ਠੱਗੇ ਹੋਏ ਤਾਂ ਨਹੀਂ ਮਹਿਸੂਸ ਕਰਨਗੇ? ਨਹੀਂ, ਦੇਖੋ ਗੱਲ ਇਹ ਆ ਨਾ ਕਿ ਟਾਈਮਿੰਗ ਬੜੀ ਮਹੱਤਵਪੂਰਨ ਹੁੰਦੀ ਹੈ ਕਿਸੇ ਵੀ ਚੀਜ਼ ਦੀ। ਹੁਣ ਦੇਖੋ ਇਹਦੇ ਤੇ ਐਕਸ਼ਨ ਹੋਇਆ, ਜਿਹੜੀ ਆਪਾਂ ਉਦੋਂ ਖਬਰ ਕੀਤੀ ਸੀ ਮੈਨੂੰ ਯਾਦ ਹੈ ਕਿ ਅੱਜ ਤੋਂ ਆਪਾਂ 30-35 ਦਿਨ ਜਾਂ 40 ਦਿਨ ਪਹਿਲਾਂ ਖਬਰ ਕੀਤੀ ਸੀ। ਤਾਂ ਉਦੋਂ ਹੀ ਇਹ ਸੁਨਿਸ਼ਚਿਤ ਹੋ ਗਿਆ ਸੀਗਾ ਕਿ ਗੜਬੜ ਹੈ। ਤਾਂ ਇਹਦਾ ਮਤਲਬ ਹੈ ਕਿ ਸ਼ਾਇਦ ਉਦੋਂ ਪਤਾ ਤੇ ਯਕਦਮ ਲੱਗ ਗਿਆ ਹੋਊਗਾ, ਪਰ ਉਸ ਚੀਜ਼ ਨੂੰ ਜਾਂਚ ਪੜਤਾਲ ਦੇ ਸਿੱਟੇ ਨੂੰ ਕਿਤੇ ਨਾ ਕਿਤੇ ਰੋਕਿਆ ਗਿਆ ਸ਼ਾਇਦ ਇਸੇ ਕਰਕੇ, ਇਹ ਉਹ ਚੀਜ਼ ਜਿਹੜੀ ਆ ਨੁਕਸਾਨ ਨਾ ਕਰ ਜਾਵੇ ਜਿਹਦਾ ਇਹਨਾਂ ਨੇ ਫਾਇਦਾ ਕੱਟਿਆ। ਤਾਂ ਹੀ ਮੈਂ ਕਹਿ ਰਿਹਾ ਨਾ ਕਿ ਸਰਕਾਰ ਖੁੱਲ੍ਹੇ ਰੂਪ ਦੇ ਵਿੱਚ, ਮੰਨ ਲਓ ਮੋਦੀ ਸਰਕਾਰ ਆਉਂਦੀ ਆ ਰਿਪੀਟ ਹੁੰਦੀ ਆ, ਇਹ ਹਾਲੇ ਵੀ ਮੰਨੂਗੇ ਨੀ। ਕਿਉਂਕਿ ਜੇ ਤੁਸੀਂ ਪੁਲਵਾਮਾ ਅਟੈਕ ਦੇਖੋਗੇ ਅਸਲ ਦੇ ਵਿੱਚ ਉਹ ਵੀ ਇੱਕ ਫੇਲੀਅਰ ਸੀਗੀ, ਫੇਲੀਅਰ ਸੀਗੀ, ਪਰ ਰੌਲਾ ਹੈ ਕਿ ਸਿਆਸਤ ਦੀ ਰੀਤ ਆ ਉਹ ਫੇਲੀਅਰ ਜਿਹੜੀ ਆ ਉਹ ਆਪਣੇ ਸਿਰ ਤੇ ਨਹੀਂ ਉੱਠਦੀ, ਪਰ ਜਦੋਂ ਜਿੱਤ ਦੀ ਕਲਗੀ ਲਾਉਣ ਦੀ ਵਾਰੀ ਆਉਂਦੀ ਉਦੋਂ ਸਿਰ ਘਸਾ ਕੇ ਅੱਗੇ ਕਰ ਦਿੰਦੀ ਹੈ ਕਿ ਲਓ ਭਾਈ ਸਾਡੇ ਸਿਰ ਤੇ ਲਾ। ਆਹੀ ਇੱਕ ਕੁਰੀਤ ਆ ਸਾਡੀ ਰਾਜਨੀਤੀ ਦੀ ਕਿ ਕੋਈ ਵੀ ਬੰਦਾ ਜਿਹੜਾ ਫੇਲੀਅਰ ਆਪਣੇ ਸਿਰ ਤੇ ਨਹੀਂ ਲੈਂਦਾ, ਜ਼ਿੰਮੇਵਾਰੀ ਨਹੀਂ ਉੱਠਦਾ। ਹਾਂ, ਜਦੋਂ ਕ੍ਰੈਡਿਟ ਲੈਣ ਦੀ ਵਾਰੀ ਆਉਂਦੀ ਆ ਉਦੋਂ ਇਹ ਇੱਕ ਦੂਜੇ ਨੂੰ ਢੁੱਡ ਮਾਰਦੇ ਆ ਕਿ ਮੇਰਾ ਬਣਦਾ ਮੇਰਾ ਬਣਦਾ। ਜੀ 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 ਅਗਲੀ ਜਿਹੜੀ ਗੱਲ ਕਰਦੇ ਕਹਿੰਦੇ ਥਾਣੇਦਾਰ ਦੀ ਖੁਦਕੁਸ਼ੀ ਦਾ ਮਾਮਲਾ ਸਨਸਨੀਖੇਜ਼ ਪ੍ਰਗਟਾਵੇ ਤੇ ਆ ਕੇ ਮੁੱਕਿਆ। ਸਨਸਨੀਖੇਜ਼ ਵਾਕਈ ਹੈ ਮਾਮਲਾ, ਪਰ ਇਹਦੇ ਵਿੱਚ ਉਹੀ ਕੁਛ ਆ, ਉਹੀ ਕਹਾਣੀ ਆ ਜਿਹਨੂੰ ਕਈ ਵਾਰ ਸੁਣ ਕੇ ਲੂੰ ਕੰਡੇ ਖੜੇ ਹੋ ਜਾਂਦੇ ਆ, ਤੇ ਕਈ ਵਾਰ ਹੰਡਾਏ ਜਿੰਨਾ ਹੁੰਦੇ ਆ ਉਹਨਾਂ ਦੇ, ਕਹਿ ਲਈਏ ਕਿ ਜੀਵਨ ਦੇ ਵਿੱਚ ਫਿਰ ਸੁੱਖ ਤੇ ਚੈਨ ਦੋਵੇਂ ਗਾਇਬ ਹੋ ਜਾਂਦੇ ਆ। ਇਹ ਮਾਮਲਾ ਕੀ ਸੀਗਾ, ਸਾਡੇ ਲਾਗੇ ਇੱਥੇ ਇੱਕ ਪਿੰਡ ਆ, ਉੱਥੇ 24 ਵਰਿਆਂ ਦਾ ਇੱਕ ਮੁੰਡਾ ਸੀਗਾ, ਉਹਦੇ ਨਾਨਕੇ ਸੀ ਫਰੀਦਕੋਟ ਇਲਾਕੇ ਦੇ ਵਿੱਚ, ਉੱਥੇ ਚਲਾ ਗਿਆ। ਦੱਸਦੇ ਆ ਕਿ ਕੋਈ ਪ੍ਰੇਮ ਚੱਕਰ ਉਹਦਾ ਸੀ, ਤੇ ਉਹ ਲਾਗੇ ਜਿਹੜੇ ਉਹਦੇ ਨਾਨਕੇ ਦੇ ਪਿੰਡ ਦੇ ਕੋਈ ਹੈਗੇ ਸੀ ਉਹਦੇ ਮਿੱਤਰ,
ਜਿਹੜੇ ਗੁਰਦੁਆਰੇ ਚ ਰਹਿੰਦੇ ਸੀ ਉਹਨਾਂ ਦੇ ਕੋਲੋਂ ਅਕਸਰ ਚਲੇ ਜਾਇਆ ਕਰਦਾ ਸੀਗਾ। ਤੇ ਦੱਸਦੇ ਕਿ 18 ਮਈ ਨੂੰ ਜਦੋਂ ਉਹ ਉਸ ਗੁਰਦੁਆਰੇ ਚ ਗਿਆ ਸੀਗਾ ਲਾਗਲੇ ਪਿੰਡ ਦੇ, ਤਾਂ ਉੱਥੋਂ ਉਹਨੂੰ ਰਾਤ ਨੂੰ 11 ਵਜੇ CI ਸਟਾਫ ਵੱਲੋਂ ਚੁੱਕਿਆ ਗਿਆ। ਦੱਸਦੇ ਕਿ ਕੰਟਰੋਲ ਰੂਮ ਨੂੰ ਕੋਈ ਟੈਲੀਫੋਨ ਕਾਲ ਗਈ ਕਿ ਇਸ ਤਰ੍ਹਾਂ ਜੀ ਗੈਰ ਸਮਾਜੀ ਅਨਸਰ ਬੈਠੇ ਹੋ, ਤੇ ਉਦੋਂ ਉਹਨਾਂ ਨੂੰ ਚੱਕਿਆ ਗਿਆ। ਪਰ ਮਾਮਲਾ ਦੱਸਦੇ ਕਿ ਅਫੀਅਰ ਦੱਸ ਗਿਆ। ਤਾਂ ਜਦੋਂ ਉਹ ਮੁੰਡਾ ਚੁੱਕਿਆ ਗਿਆ, ਉਹਦੇ ਨਾਨਕਿਆਂ ਨੂੰ ਪਤਾ ਲੱਗਿਆ, ਉਹ ਆਏ, ਉੱਥੇ ਥਾਣੇਦਾਰ ਸੀ ਨਰਿੰਦਰ ਸਿੰਘ, ਉਹਦੇ ਬਾਰੇ ਦੱਸਿਆ ਗਿਆ ਕਿ ਉਹੀ ਫੜ ਕੇ ਲੈ ਕੇ ਗਿਆ, ਉਹਨੇ ਖੜਿਆ ਇਹਨੂੰ ਮੁੰਡੇ ਨੂੰ। ਤੇ ਜਦੋਂ ਉਹਨੂੰ ਪੁੱਛਿਆ ਗਿਆ ਤੇ ਉਹ ਕਹਿੰਦਾ ਕਿ ਦੇਖੋ ਜੀ ਮੁੰਡਾ ਤੁਹਾਡਾ ਜਿਹੜਾ ਉਹ ਇੱਕ ਨਿਹੰਗ ਸਿੰਘ ਆਇਆ ਸੀਗਾ ਤੜਕੇ 5 ਵਜੇ ਉਹ ਛੁੜਾ ਕੇ ਲੈ ਗਿਆ। ਉਹਨਾਂ ਆਖਿਆ ਮੁੰਡਾ ਤੇ ਘਰੇ ਗਿਆ ਹੀ ਨੀ। ਜੇ ਉਹਨਾਂ ਨੇ ਆਖਿਆ ਕਿ CCTV ਫੁਟੇਜ ਦੇ ਦਿਓ ਅਸੀਂ ਦੇਖ ਲੈਂਦੇ ਹਾਂ, ਬੰਦਾ ਧਿਆਨ ਲੈਂਦੇ ਹਾਂ, ਕਹਿੰਦੇ ਜੀ ਉਹ ਕੈਮਰੇ ਬੰਦ ਸੀ। ਫਿਰ ਕਹਿੰਦੇ ਤੁਸੀਂ 2-4 ਘੰਟਿਆਂ ਨੂੰ ਆ ਜਾਓ, ਮੁੰਡਾ ਤੁਹਾਡਾ ਮਿਲਾ ਦਿਆਂਗੇ। ਉਸ ਤੋਂ ਬਾਅਦ ਹੋਇਆ ਕਿ ਜਿਹੜਾ ਉਹ ਥਾਣੇਦਾਰ ਨਰਿੰਦਰ ਸਿੰਘ ਸੀ ਉਹ ਸੁਸਾਈਡ ਕਰ ਲੈਂਦਾ ਆਪਦੀ AK-47 ਦੇ ਨਾਲ ਗੋਲੀ ਮਾਰ ਕੇ, ਜਾਨ ਜਿਹੜੀ ਆ ਮੁਕਾ ਦਿੰਦਾ। ਹੁਣ ਇਸ ਮਾਮਲੇ ਦੇ ਵਿੱਚ ਪਰਦਾ ਇਹ ਉੱਠਿਆ, ਭੇਤ ਇਹ ਖੁੱਲਿਆ ਕਿ ਅਸਲ ਦੇ ਵਿੱਚ ਉਹ ਮੁੰਡਾ ਜਿਹੜਾ ਸੀਗਾ ਪੁਲਿਸ ਕੋਲ ਮਰ ਗਿਆ। ਹੁਣ ਉਹ ਮੁੰਡਾ ਇਹ ਤੇ ਕਹਿੰਦੇ ਕਿ ਖੁਦਕੁਸ਼ੀ ਕਰ ਗਿਆ, ਪਰ ਜਿਹੜੇ ਦੋਸ਼ ਤੁਹਾਨੂੰ ਪਤਾ ਹੀ ਪੁਲਿਸ ਤੇ ਲੱਗਦੇ ਹਮੇਸ਼ਾ ਕਿ ਪੁਲਿਸ ਨੇ ਟੋਰਚਰ ਕੀਤਾ ਹੋਊਗਾ, ਕੁੱਟਮਾਰ ਦੇ ਵਿੱਚ ਮਰ ਗਿਆ ਹੋਊਗਾ, ਇੱਕ ਕਹਾਣੀ ਜਿਹੜੀ ਇੱਕ ਥਿਊਰੀ ਹੈ ਜਿਹੜੀ ਲੋਕ ਵੀ ਘੜਦੇ ਪਏ। ਹੁਣ ਇਹਨਾਂ ਨੇ ਪ੍ਰੈਸ ਕਾਨਫਰੰਸ ਕਰਕੇ ਇਹ ਤੇ ਮੰਨ ਲਿਆ ਵਾ ਕਿ ਪੁਲਿਸ ਕੋਲੋਂ ਇਹ ਮੁੰਡਾ ਮਰ ਗਿਆ, ਚਾਹੇ ਖੁਦਕੁਸ਼ੀ ਸੀ ਚਾਹੇ ਟੋਰਚਰ ਦੇ ਵਿੱਚ ਮਰਿਆ। ਤਾਂ ਲਾਸ਼ ਜਿਹੜੀ ਉਹ ਪੁਲਿਸ ਵਾਲਿਆਂ ਨੇ ਖੁਰਦ ਬੁਰਦ ਕੀਤੀ, ਹੁਣ ਉਹ ਥਾਣੇ ਕਰਕੇ ਮਰ ਗਿਆ। ਪਹਿਲੀ ਗੱਲ ਤੇ ਉਹਦੀ ਵੀ ਜਾਂਚ ਪੜਤਾਲ ਹੋਣੀ ਚਾਹੀਦੀ ਆ ਤੇ ਉਹ ਮਰਿਆ, ਕਿਉਂਕਿ ਜਦੋਂ ਇਹੋ ਜਿਹਾ ਕੰਮ ਪੁਲਿਸ ਕਰ ਸਕਦੀ ਆ, ਦੇਖੋ ਜੇ ਉਹਨੇ ਖੁਦਕੁਸ਼ੀ ਕੀਤੀ ਮੁੰਡੇ ਨੇ ਤੇ ਇਹਨਾਂ ਨੂੰ ਝੂਠ ਬੋਲਣ ਦੀ ਕੀ ਲੋੜ ਸੀ, ਤੇ ਇਹਨਾਂ ਨੂੰ ਲਾਸ਼ ਟਿਕਾਣੇ ਲਾਉਣ ਦੀ ਕੀ ਲੋੜ ਸੀ, ਸਬੂਤ ਮਿਟਾਉਣ ਦੀ ਕੀ ਲੋੜ ਸੀ, ਇਹਨਾਂ ਨੂੰ ਤਾਂ ਸਜ਼ਾ ਸਾਬਤ ਕਰਨਾ ਚਾਹੀਦਾ ਸੀਗੇ ਕਿ ਸਾਡਾ ਕੋਈ ਕਸੂਰ ਨਹੀਂ ਇਸ ਮਾਮਲੇ 'ਚ। ਤਾਂ ਇੱਥੋਂ ਹੀ ਮਾਮਲਾ ਸ਼ੱਕੀ ਹੋ ਗਿਆ। ਇਸ ਕਰਕੇ ਹੁਣ ਸ਼ੱਕ ਇਹ ਵੀ ਹੈ ਕਿ ਨਰਿੰਦਰ ਸਿੰਘ ਦੀ ਜਿਹੜੀ ਮੌਤ ਹੋਈ ਉਹਦੀ ਵੀ ਪੜਤਾਲ ਕਰ ਲੈਣੀ ਚਾਹੀਦੀ ਆ ਕਿ ਕਿਤੇ ਇੱਕ ਆਪਣਾ ਪਾਪ ਲਕੋਲ ਲਈ ਦੂਸਰਾ ਪਾਪ ਤੇ ਨਹੀਂ ਕਰ ਦਿੱਤਾ ਕਿਸੇ ਨਾਲ ਦੇ ਨੇ। ਤਾਂ ਇਹ ਵੀ ਹੁਣ ਮਾਮਲਾ ਜਿਹੜਾ ਉਹ ਬਣਦਾ ਰਿਹਾ ਇਸ ਐਂਗਲ ਤੋਂ ਵੀ। ਤਾਂ ਕੁੱਲ ਮਿਲਾ ਕੇ ਇਹ ਬੜਾ ਗੰਭੀਰ ਤੇ ਬੜਾ ਸਨਸਨੀਖੇਜ਼ ਅੱਜ ਪ੍ਰਗਟਾਵਾ ਹੋਇਆ। ਸੋ ਇਸ ਮਾਮਲੇ ਦੇ ਵਿੱਚ ਦੂਸਰਾ ਪੱਖ ਹੈ ਜਿਹੜਾ ਉਹ ਵੀ ਇੱਕ ਦਿਲਚਸਪ ਆ ਕਿ ਖੁਦਕੁਸ਼ੀਆਂ ਵੀ ਵਧੀਆਂ ਨੇ। ਫਿਰਾਸਤ ਦੇ ਵਿੱਚ ਮੌਤਾਂ ਦਾ ਇੱਕ ਇਤਿਹਾਸ ਹੈ ਇੱਥੋਂ ਦਾ, ਜਿਵੇਂ ਝੂਠੇ ਮੁਕਾਬਲਿਆਂ ਦਾ। ਤਾਂ ਇੱਕ ਪੱਖ ਇਹ ਵੀ ਆ ਜਿਹੜਾ ਮੈਨੂੰ ਕਿਸੇ ਸਿਆਣੇ ਸੱਜਣ ਨੇ ਦੱਸਿਆ ਤੇ ਮੈਂ ਵੀ ਉਸ ਚੀਜ਼ ਨੂੰ ਵੈਸੇ ਵੇਖਿਆ ਕਿ ਜਿਹੜੀਆਂ ਪਹਿਲਾਂ ਹਵਾਲਾਤਾਂ ਹੁੰਦੀਆਂ ਸੀਗੀਆਂ ਉਹਦੇ ਵਿੱਚ ਕੀ ਸੀਗਾ ਕਿ ਅੰਗਰੇਜ਼ਾਂ ਦੇ ਜਿਹੜੇ ਜ਼ਮਾਨੇ ਦੇ ਥਾਣੇ ਸੀਗੇ ਉਹ ਏਦਾਂ ਐਂਟਰ ਹੁੰਦੇ ਆ, ਡਿਊੜੀ ਹੁੰਦੀ ਸੀਗੀ ਤੇ ਡਿਊੜੀ ਦੇ ਦੋਨਾਂ ਪਾਸਿਆਂ ਤੇ ਮਰਦਾਨਾ ਤੇ ਜਨਾਨਾ ਵਾਲਾ ਵਿਚਾਲੇ ਸੰਤਰੀ ਆ ਜਾਂਦਾ ਸੀ, ਸਾਹਮਣੇ ਮੰਨ ਲਓ ਮੁਨਸ਼ੀ ਦਾ ਜਿਹੜਾ ਉਹ ਆ ਗਿਆ ਕਮਰਾ। ਹੁਣ ਮੁਨਸ਼ੀ ਦੀ ਵੀ ਨਿਗਾਹ ਰਹਿੰਦੀ ਸੀ ਹਵਾਲਾ ਤੋਂ ਲੈ ਕੇ ਬਾਹਰ ਤੱਕ, ਔਰ ਜਿਹੜਾ ਸੰਤਰੀ ਆ ਉਹਦੀ ਵੀ ਦੋਨਾਂ ਹਵਾਲਾ ਤੱਕ। ਹੁਣ ਜਿਹੜੀਆਂ ਨਵੀਆਂ ਬਿਲਡਿੰਗਾਂ ਬਣੀਆਂ ਇਹਨਾਂ ਦਾ ਇੱਕ ਪੰਗਾ ਇਹ ਆ ਕਿ ਬਿਲਡਿੰਗਾਂ ਦੇ ਵਿਚਾਲੇ ਘੁਰਨੇ ਜੇ ਬਣਾਏ ਇਹਨਾਂ ਨੇ, ਤਾਂ ਜਿਹੜਾ ਸੰਤਰੀ ਉਹ ਬਾਹਰ ਰਹਿ ਜਾਂਦਾ, ਸੰਤਰੀ ਦੀ ਨਿਗਾਹ ਜਿਹੜੀ ਉਹ ਚੱਤੋਂ ਬਾਹਰ ਉੱਥੋਂ ਬੰਦੀਆਂ ਤੱਕ ਨਹੀਂ ਪਹੁੰਚਦੀ। ਸੋ ਇੱਕ ਪੱਖ ਇਹ ਵੀ ਆ, ਪਰ ਜੋ ਵੀ ਹੋਇਆ ਬਹੁਤ ਮਾੜਾ ਹੋਇਆ, ਮੰਦਭਾਗਾ ਹੋਇਆ, ਕਿਉਂਕਿ ਥਾਣੇਦਾਰ ਵੀ ਮਰਿਆ ਔਰ ਉਹ ਮੁੰਡਾ ਵੀ ਮਰ ਗਿਆ। ਪਰ ਇਹਦੇ ਵਿੱਚ ਪੁਲਿਸ ਦੀ ਕਹਾਣੀ ਫਿਰ ਉਹੋ ਦੀ ਉਹੋ ਹੀ ਆ ਕਿ ਇੱਕ ਤੇ ਕਹਿ ਦਿੰਦੇ ਆ ਕਿ ਜੀ ਖੁਦਕੁਸ਼ੀ ਕਰ ਗਿਆ, ਜਦਕਿ ਬੰਦੇ ਦੀ ਹਿਫਾਜ਼ਤ ਕਰਨੀ, ਬੰਦੇ ਨੂੰ ਮਹਿਫੂਜ਼ ਰੱਖਣਾ, ਸਾਰੀ ਜ਼ਿੰਮੇਵਾਰੀ ਇਹਨਾਂ ਦੀ ਆ ਜਦੋਂ ਇਹਨਾਂ ਦੀ ਹਿਰਾਸਤ 'ਚ ਆ। ਔਰ ਦੂਜੀ ਚੀਜ਼ ਇਹ ਆ ਕਿ ਜਿੱਦਾਂ ਬਹੁਤ ਹਾਰਡ ਕੋਰ ਕ੍ਰਿਮੀਨਲ ਕਰਦੇ ਆ ਕਿ ਕ੍ਰਾਈਮ ਕਰਕੇ ਮੁੜ ਕੇ ਉਸ ਕ੍ਰਾਈਮ ਨੂੰ ਬੜੀ ਸਫਾਈ ਦੇ ਨਾਲ ਛੁਪਾ ਦਿੱਤਾ ਜਾਂਦਾ, ਇਹ ਕਲਾ ਦਾ ਨਮੂਨਾ ਵੀ ਪੁਲਿਸ ਦਿਖਾ ਰਹੀ ਆ। ਇਸ ਮਾਮਲੇ ਦੇ ਵਿੱਚ ਦੇਖੋ ਇੱਕ ਦਿਲਚਸਪ ਪੱਖ ਇਹ ਵੀ ਆ ਕਿ ਇਹ ਸੈਕਰਟਰੀ ਆ UN ਦੇ, ਮੇਰੇ ਖਿਆਲ ਦੇ ਨਾਲ 1997-98 ਦੇ ਸ਼ਾਇਦ, ਜੇ ਮੈਂ ਭੁੱਲਦਾ ਨਹੀਂ। ਤਾਂ ਇਹ ਸੈਕਰਟਰੀ ਹੋਣ ਦੇ ਬਾਵਜੂਦ ਇੰਡੀਆ ਵਾਲੇ ਹੁਣ ਤੱਕ ਤਸ਼ੱਦਦ ਵਿਰੋਧੀ ਕਾਨੂੰਨ ਨਹੀਂ ਬਣਾ ਸਕੇ। ਇਹਨਾਂ ਨੂੰ ਇਹ ਕਾਨੂੰਨ ਬਣਾਉਣਾ ਚਾਹੀਦਾ। ਇਹਦੇ ਵਿੱਚ ਕੀ ਹੁੰਦਾ ਕਿ ਪੁਲਿਸ ਜਿਹੜੀ ਆ ਉਹ ਨਿਕਲ ਜਾਂਦੀ, ਬਹੁਤ ਹੱਦ ਤੱਕ ਨਿਕਲ ਜਾਂਦੀ। ਮੈਂ ਤੇ ਇਹ ਵੀ ਮਾਮਲੇ ਦੇਖੇ ਆ ਕਿ ਕਈ ਵਾਰ ਤੇ ਪਾਰਸ਼ੀਅਲ ਢੰਗ ਨਾਲ ਮਾਮਲੇ ਦਰਜ ਹੀ ਨਹੀਂ ਹੁੰਦੇ, ਜੇ ਦਰਜ ਹੁੰਦੇ ਆ ਤੇ ਫਿਰ ਰਾਜ਼ੀਨਾਮਾ ਕਰ ਲਿਆ ਜਾਂਦਾ, ਕਿਉਂਕਿ ਵਿੱਚ ਪੈ ਕੇ ਪੀੜਤਾਂ ਨੂੰ ਦਬਾ ਕੇ ਰਾਜ਼ੀਨਾਮਾ ਕਰਾ ਲਿਆ ਜਾਂਦਾ। ਸੋ ਕਹਿਣ ਦਾ ਭਾਵ ਇਹ ਆ ਕਿ ਇੱਕ ਠੋਸ ਕਾਨੂੰਨ ਆ ਜਿਹੜਾ ਉਹ ਲਿਆਉਣ ਦੀ ਜ਼ਰੂਰਤ ਆ। ਹਿਰਾਸਤੀ ਮੌਕਾ ਤੇ ਝੂਠੇ ਮੁਕਾਬਲੇ ਆ ਜਿਹੜੇ ਉਹ ਇੱਥੋਂ ਦੇ ਸਿਸਟਮ ਤੇ ਨਿਜ਼ਾਮ ਤੇ ਕਲੰਕ ਆ। ਜੀ 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 ਤੇ ਮਿੰਟੂ ਜੀ, ਅਗਲੀ ਜਿਹੜੀ ਗੱਲ ਕਰਦੇ ਕਹਿੰਦੇ ਬਰਗਾੜੀ ਮੋਰਚੇ ਵਾਲੇ ਮੰਤਰੀ ਦੇ ਬਿਆਨ ਨੇ ਕਸੂਤੇ ਫਸਾਏ ਆ।
ਕਸੂਤੇ ਫਸੇ ਹੋਏ ਆ ਜਦੋਂ ਤੂੰ ਇਹਨਾਂ ਨੇ ਫਸਿਆ ਨੇ ਉਹ ਮੋਰਚਾ ਉੱਥੋਂ ਚੱਕ ਦਿੱਤਾ ਸੀਗਾ, ਉਸ ਤੋਂ ਬਾਅਦ ਫਸੇ ਹੀ ਆ, ਫਸੀ ਨੂੰ ਹੁਣ ਫਟਕਣ ਕਾਹਦੀ ਆ। ਦੇਖੋ ਇੱਕ ਮੰਤਰੀ ਨੇ, ਕਾਂਗਰਸੀ ਮੰਤਰੀ ਨੇ ਠੋਕ ਕੇ ਬਿਆਨ ਦਿੱਤਾ, ਆ ਜਦੋਂ ਸਿੱਧੂ ਵਾਲਾ ਰੌਲਾ ਪਿਆ ਮੰਤਰੀ ਨੇ ਆਖਿਆ ਕਿ ਦੇਖੋ ਇਹ ਕਹਿੰਦੇ ਆ ਕਿ ਕੈਪਟਨ ਅਮਰਿੰਦਰ ਸਿੰਘ ਨੇ ਜੇ ਦੋਸ਼ੀਆਂ ਨੂੰ ਸਜ਼ਾ ਨਾ ਦਿੱਤੀ ਜਿਹੜੇ ਬੇਅਦਬੀਆਂ ਦੇ ਜ਼ਿੰਮੇਵਾਰ ਆ ਤੇ ਆਹ ਕਰ ਦਿਆਂਗੇ ਉਹ ਕਰ ਦਿਆਂਗੇ। ਕਹਿੰਦੇ ਆ ਕਿ ਜੋ ਕੰਮ ਕੈਪਟਨ ਅਮਰਿੰਦਰ ਸਿੰਘ ਨੇ ਕੀਤਾ ਉਹ ਤੇ ਕੋਈ ਕਰ ਨੀ ਸਕਦਾ ਇਹੋ ਜਿਹੇ ਮਾਮਲੇ ਚ। ਇੱਥੋਂ ਤੱਕ ਅਸੀਂ ਤੇ ਬੇਅਦਬੀਆਂ ਦੇ ਵਿਰੋਧ ਦੇ ਵਿੱਚ ਬਰਗਾੜੀ ਵਾਲਾ ਮੋਰਚਾ ਵੀ ਲਵਾਇਆ ਸੀ। ਮੰਤਰੀ ਇਹ ਗੱਲ ਕਹਿੰਦਾ ਕਿ ਬਰਗਾੜੀ ਵਾਲਾ ਮੋਰਚਾ ਅਸੀਂ ਲਵਾਇਆ ਔਰ ਔਨ ਰਿਕਾਰਡ ਕਹਿੰਦਾ। ਦੇਖੋ ਤਾਂ ਇਹ ਤੋਂ ਬਾਅਦ ਹੁਣ ਸਵਾਲ ਉੱਠਣੇ ਸ਼ੁਰੂ ਹੋ ਗਏ ਆ। ਹਾਲਾਂਕਿ ਇਹ ਗੱਲ ਵੱਖਰੀ ਆ ਕਿ ਜਿੰਨੇ ਸਵਾਲ ਅਕਾਲੀਆਂ ਨੂੰ ਹੁੰਦੇ ਆ ਉਹਨੇ ਬਰਗਾੜੀ ਮੋਰਚੇ ਵਾਲਿਆਂ ਨੂੰ ਕਰਨ ਵਾਲੇ ਲੋਕ ਨਹੀਂ ਹੈ, ਪਰ ਫਿਰ ਵੀ ਇੱਕਾ ਦੁੱਕਾ ਵਿਰੋਧਤਾ ਜਿਹੜੀ ਉਹ ਹੋ ਰਹੀ ਆ ਕਿ ਭਾਈ ਇਹ ਮੰਤਰੀ ਕੀ ਕਹਿ ਰਿਹਾ। ਹੁਣ ਮੰਤਰੀ ਕਹਿ ਕੇ ਮੁੜ ਕੇ ਇਹ ਵੀ ਕਹਿ ਰਿਹਾ ਕਿ ਆਜ ਜੀ ਜਿਵੇਂ ਕਹਿੰਦੇ ਨੇ ਕਿ ਮੇਰਾ ਬਿਆਨ ਤੋੜਿਆ ਮਰੋੜਿਆ ਜਾਂ ਆਜ ਹੀ ਮੇਰੇ ਮੂੰਹ ਚ ਸ਼ਬਦ ਨਿਕਲ ਗਏ, ਮਤਲਬ ਕਿ ਉਹ ਆਪਣੀ ਸਟੇਟਮੈਂਟ ਤੇ ਹਾਲ ਦੀ ਘੜੀ ਤੱਕ ਜਦੋਂ ਤੱਕ ਮੈਂ ਤੁਹਾਡੇ ਨਾਲ ਬੋਲ ਰਿਹਾ ਤਾਂ ਉਦੋਂ ਤੱਕ ਉਹ ਖੜਾ ਵਾ। ਤਾਂ ਇਹਦੇ ਵਿੱਚ ਇੱਕ ਚਰਚਾ ਜਿਹੜੀ ਹੋਰ ਚੱਲਦੀ ਪਈ ਸੀ ਉਹ ਵੀ ਮਜ਼ਬੂਤ ਹੁੰਦੀ ਹੈ। ਚਰਚਾ ਕੀ ਆ ਕਿ ਪਿਛਲੇ ਦਿਨੀ ਇੱਥੇ ਅਖਬਾਰਾਂ ਦੇ ਵਿੱਚ ਬੜੇ ਵੱਡੇ ਵੱਡੇ ਇਸ਼ਤਿਹਾਰ ਦਿੱਤੇ ਗਏ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿਰੋਧ ਦੇ ਵਿੱਚ। ਉਹ ਜਿਹੜੇ ਇਸ਼ਤਿਹਾਰ ਸੀਗੇ ਉਹ ਲੱਖਾਂ ਰੁਪਈਆਂ ਦੇ ਇਸ਼ਤਿਹਾਰ ਸੀਗੇ। ਵੱਡੇ ਅਖਬਾਰ ਜਿੱਥੇ ਮੇਰੇ ਖਿਆਲ ਦੇ ਨਾਲ ਕੁੱਤਾ ਗਵਾਚੇ ਦਾ ਜੇ ਇਸ਼ਤਿਹਾਰ ਦੇਣਾ ਹੋਵੇ ਤੇ ਉਹ ਵੀ ਘੱਟੋ ਘੱਟ 5-10 ਹਜ਼ਾਰ ਦਾ ਆਉਂਦਾ ਕੁਛ ਸੈਂਟੀਮੀਟਰ ਸਪੇਸ ਲੈ ਕੇ। ਤਾਂ ਉੱਥੇ ਜਿਹੜੇ ਪੰਨੇ ਪੰਨੇ ਦੇ ਇਸ਼ਤਿਹਾਰ ਗਏ ਸੀਗੇ ਉਹਦੇ ਬਾਰੇ ਵੀ ਚਰਚਾ ਚੱਲਦੀ ਸੀਗੀ ਕਿ ਇਹ ਅਸਲ ਦੇ ਵਿੱਚ ਕਾਂਗਰਸ ਦੇ ਕੋਠੇ ਚੋਂ ਹੀ ਆਈ ਆ ਪੇਮੈਂਟ। ਉਹਦੀ ਜਿਹੜੀ ਚਰਚਾ ਚੱਲਦੀ ਸੀ ਉਹ ਚਰਚਾ ਵੀ ਮਜ਼ਬੂਤ ਹੋ ਜਾਂਦੀ ਹੈ ਇਸ ਮਾਮਲੇ ਚ। ਹਾਲਾਂਕਿ ਮੰਡ ਸਾਹਿਬ ਜਿਹੜੇ ਆ ਉਹ ਵਰਸ਼ਨ ਦਿੰਦੇ ਆ ਆਪਣਾ, ਉਹ ਕਹਿੰਦੇ ਆ ਕਿ ਨਹੀਂ ਜੀ ਇਹ ਮੰਤਰੀ ਆ ਜਿਹੜਾ ਐਵੇਂ ਬੇਤੁਕੀਆਂ ਬਿਆਨਬਾਜ਼ੀਆਂ ਕਰਦਾ ਪਿਆ ਇਹ ਹੋਰ ਰੂਪ ਚ ਇਸ ਮਾਮਲੇ ਨੂੰ ਅੱਗੇ ਲਿਜਾਣਾ ਚਾਹੁੰਦੇ ਆ, ਪਰ ਗੱਲ ਉਹ ਪੋਚੇ ਜੇ ਮਾਰਨ ਵਾਲੀ ਆ ਠੋਸ ਰੂਪ ਦੇ ਵਿੱਚ ਗੱਲ ਨੀ ਕਰਦੇ ਪਏ। ਜੇ ਉੱਥੇ ਮੋਰਚਾ ਲਾਇਆ ਜਾ ਸਕਦਾ ਜੇ ਕਾਂਗਰਸ ਤੋਂ ਜ਼ਬਰਦਸਤੀ ਤੁਹਾਨੂੰ ਆਪਣੇ ਕਰਿੰਦੇ ਦੱਸਦੀ ਹੈ ਤੇ ਇੱਕ ਮੋਰਚਾ ਇਹਨਾਂ ਦੇ ਖਿਲਾਫ ਵੀ ਲਾ ਕੇ ਦਿਖਾ ਦਿਓ, ਪਤਾ ਲੱਗ ਜੂ। ਔਰ ਦੂਜੀ ਚੀਜ਼ ਇਹ ਆ ਕਿ ਜੇ ਇਹ ਗੱਲਾਂ ਜਿਹੜੀਆਂ ਉਹ ਸੱਚਾਈ ਦੇ ਨੇੜੇ ਆ ਤਾਂ ਫਿਰ ਜਿਹੜਾ ਉਹ ਲੱਖੇ ਸਿਧਾਣੇ ਤੇ ਪਰਚਾ ਦਰਜ ਹੋਇਆ ਉਹਨੂੰ ਵੀ ਸ਼ੱਕ ਦੀ ਨਿਗਾਹ ਨਾਲ ਵੇਖਿਆ ਜਾਊਗਾ। ਜੀ 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 ਬਿਲਕੁਲ। ਤੇ ਮਿੰਟੂ ਜੀ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਹੁਣ ਇੱਥੇ ਹੀ ਸਮਾਪਤ ਆ। ਮਿਲਦੇ ਹਾਂ ਆਪਾਂ ਆਪਣੇ ਜਿਹੜੇ ਸਰੋਤਿਆਂ ਨੂੰ ਅਗਲੀ ਵਾਰ। ਉਸ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਤੇ ਸਰੋਤਿਓ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਆ। ਮਿਲਦੇ ਹਾਂ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ। ਉਸ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।